भारतीय किसान यूनियन एकता ग्रहण जिंदाबाद गुलाबी सुंडी दे मारे नाल मेरा मुआवजा लेके रहेंगे करना भी सानू लिस्टां दिओ जिहड़े तुसीं कहिंदे सी वी जिन्हां ते केस बने आ जां पराली वाले केस बने सी साडे लोकां ते ਉਹ ਅਸੀਂ ਵਾਪਸ ਲੈਨੇ ਆ ਉਹਨਾਂ ਦੀ ਲਿਸਟ ਜਾਰੀ ਕਰਾਉਣੀ ਸੀ ਇਹਨਾਂ ਤੋਂ ਉਹ ਵੀ ਹਜੇ ਅਧੂਰੀਆਂ ਗੱਲਾਂ ਨਰਮੇ ਦਾ ਮੁਆਵਜ਼ਾ ਅਧੂਰਾ ਜਾਣੀ ਹਰ ਇੱਕ ਮੰਗ ਸਾਡੀ ਹਜੇ ਤਾਈਂ ਜੇ ਐਂ ਕਹਿਣਾ ਹੋਵੇ ਵੀ ਕਲੀਅਰ ਕੋਈ ਵੀ ਨਹੀਂ ਹੋਈ ਉਹ ਜਾਣੀ ਅਧੂਰੀਆਂ ਹੀ ਪਈਆਂ ਹਜੇ ਤਾਈਂ ਤਾਂ ਸਾਨੂੰ ਅੱਜ ਠੰਡ ਦੇ ਟਾਈਮ 'ਚ ਫੇਰ ਦੁਬਾਰੇ ਬੈਠਣਾ ਪਿਆ ਵੀ ਸਾਡੀ ਗੱਲ ਸੁਣੋ ਧਿਆਨ ਨਾਲ ਜਿਹੜੇ ਕਾਸ਼ਤਕਾਰ ਪੀੜਤ ਪਰਿਵਾਰ ਆ ਉਹਨਾਂ ਨੂੰ ਮੁਆਵਜ਼ਾ ਦਿਵਾਉਣ ਵਾਸਤੇ ਸਾਡੀ ਜਦੋਜਹਿਦ ਜਾਰੀ ਰਹੂਗੀ ਜਿੰਨਾ ਚਿਰ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਹੋ ਸਕਦਾ ਇੱਥੇ ਜ਼ਿਲ੍ਹੇ ਨਾਲ ਵਿਉਂਤਵਾੜੀ ਕਰਕੇ ਇਹ ਧਰਨੇ ਦਾ ਕੀ ਕਿੱਧਰ ਨੂੰ ਰੂਪਰੇਖਾ ਦੇਣੀ ਆ ਉਹ ਆਉਣ ਵਾਲਾ ਸਮਾਂ ਦੱਸੂਗਾ ਜੀ ਬਠਿੰਡੇ ਦਾ ਪ੍ਰਸ਼ਾਸਨ ਮੁਰਦਾਬਾਦ 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 ਬਠਿੰਡਾ ਪ੍ਰਸ਼ਾਸਨ ਮੁਰਦਾਬਾਦ 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 ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਹਾਂ ਨਰ ਸਿੰਘ ਸਿੱਧੂ ਜਿੱਥੇ ਕਿ ਕਿਸਾਨਾਂ ਦੇ ਨਰਮੇ ਦਾ ਮੁਆਵਜ਼ਾ ਜਿਹੜਾ ਦੇਣਾ ਸੀਗਾ ਉਸ ਦਾ ਸਰਕਾਰ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਕਿ 17,000 ਰੁਪਏ ਜਿਹੜਾ ਇੱਕ ਏਕੜ ਦਾ ਮੁਆਵਜ਼ਾ ਦਿੱਤਾ ਜਾਵੇਗਾ ਪਰ ਸਰਕਾਰ ਵੱਲੋਂ ਅੱਜ ਤੱਕ ਉਹ ਮੁਆਵਜ਼ਾ ਕਿਸੇ ਵੀ ਕਿਸਾਨ ਨੂੰ ਨਹੀਂ ਦਿੱਤਾ ਗਿਆ ਕਿਉਂਕਿ ਉਹਨਾਂ ਵੱਲੋਂ ਲਾਰੇ ਲਾਏ ਜਾ ਰਿਹਾ ਹੈ ਕਿ ਚੋਣ ਜ਼ਾਬਤਾ ਲੱਗ ਚੁੱਕਾ ਇਸ ਕਰਕੇ ਅਸੀਂ ਇਹ ਮੁਆਵਜ਼ਾ ਅਜੇ ਤੱਕ ਨਹੀਂ ਦੇ ਸਕਦੇ ਬਾਅਦ 'ਚ ਦਿੱਤਾ ਜਾਵੇਗਾ ਪਰ ਕਿਸਾਨਾਂ ਵੱਲੋਂ ਧਰਨੇ ਪ੍ਰਦਰਸ਼ਨ ਜਾਰੀ ਹੈ ਕਿ ਇਹ ਜਿਹੜਾ ਮੁਆਵਜ਼ਾ ਜਲਦੀ ਤੋਂ ਜਲਦੀ ਦਿੱਤਾ ਜਾਵੇ ਤਾਂ ਜੋ ਕਿਸਾਨ ਜਿਹੜਾ ਕਿ ਕਣਕਾਂ ਬੀਜ ਸਕਣ ਅਤੇ ਕਣਕਾਂ 'ਤੇ ਜਿਹੜੀ ਰੇਹ ਸਪਰੇਅ ਕਰਨੀ ਹੈ ਉਹ ਵੀ ਕਰ ਸਕਣ ਕਿਉਂਕਿ ਉਹਨਾਂ ਦਾ ਨਰਮੇ 'ਤੇ ਕਾਫੀ ਨੁਕਸਾਨ ਹੋਇਆ ਸੀਗਾ ਅਤੇ ਜਿਹੜਾ 4 ਪੈਸੇ ਜੁੜੇ ਹੁੰਦੇ ਆ ਉਹ ਨਰਮੇ 'ਤੇ ਲੱਗੇ ਸੀ ਪਰ ਕਮਾਈ ਨਹੀਂ ਹੋਈ ਤਾਂ ਹੁਣ ਜਿਹੜੇ ਕਣਕ ਦੀ ਫਸਲ ਹੈ ਉਹ ਵੀ ਕਿਸਾਨ ਨਹੀਂ ਬੀਜ ਸਕਦੇ ਇਸ ਲਈ ਜਿਹੜੇ ਕਿਸਾਨਾਂ ਵੱਲੋਂ ਲਗਾਤਾਰ ਧਰਨਾ ਪ੍ਰਦਰਸ਼ਨ ਜਾਰੀ ਹੈ ਆਪਾਂ ਗੱਲ ਕਰਦੇ ਹਾਂ ਸਾਡੇ ਨਾਲ ਕਿਸਾਨ ਆਗੂ ਜੁੜਿਆ ਉਹਨਾਂ ਨਾਲ ਗੱਲ ਕਰਾਂਗੇ ਵੀਰ ਜੀ ਕੀ ਨਾਮ ਹੈਗਾ ਤੁਹਾਡਾ ਮੇਰਾ ਨਾਂ ਗੁਰਪਾਲ ਸਿੰਘ ਜੀ ਬੀਕੇਯੂ ਏਕਤਾ ਗ੍ਰਾਹਾਂ ਬਠਿੰਡੇ ਬਲਾਕ ਦਾ ਜਨਰਲ ਸੈਕਟਰੀ ਹਾਂਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਤੁਸੀਂ ਧਰਨੇ ਦੇ ਰਹੇ ਹੋ ਵੇਖੋ ਜੀ ਮਜਬੂਰੀ ਬਸ ਸਾਨੂੰ ਅੱਜ ਫੇਰ ਆਉਣਾ ਪਿਆ ਕਿਉਂਕਿ ਪਿੰਡਾਂ 'ਚ ਸਾਡੇ ਉਹ ਲਿਸਟਾਂ ਨਹੀਂ ਗਈਆਂ ਚੰਗੀ ਤਰ੍ਹਾਂ ਸਰਕਾਰ ਨੇ ਪਹਿਲਾਂ ਇਹ ਆਖਿਆ ਸੀ ਵੀ ਅਸੀਂ ਕਾਸ਼ਤਕਾਰਾਂ ਨੂੰ ਮੁਆਵਜ਼ਾ ਦੇਵਾਂਗੇ ਪਰ ਹੁਣ ਮਾਲਕੀ ਹੱਕ ਚੱਕ ਕੇ ਕੁਝ ਪਿੰਡਾਂ 'ਚ ਜਿਹੜਾ ਭੇਜਿਆ ਵੀ ਆ ਥੋੜ੍ਹਾ ਬਹੁਤਾ ਮਾਜਵਾ ਉਹ ਭਰਾਵਾਂ 'ਚ ਜਾਣੀ ਧੜੇਬੰਦੀ ਖੜੀ ਕਰਾਉਂਦਾ ਇਸ ਗੱਲ ਕਰਕੇ ਅਸੀਂ ਅੱਜ ਫੇਰ ਆਏ ਹਾਂ ਵੀ ਸਾਡਾ ਉਹ ਕਾਸ਼ਤਕਾਰਾਂ ਨੂੰ ਮਿਲੇ ਸਹੀ ਢੰਗ ਨਾਲ ਮਿਲੇ ਪਰ ਦਫ਼ਤਰਾਂ 'ਚ ਹੋਰ ਕਾਰੋਬਾਰ ਬਥੇਰੇ ਚੱਲੀ ਜਾਂਦੇ ਆ ਜਿਨ੍ਹਾਂ ਨੂੰ ਜਾਲੀ ਸਾਰਾ ਕੁਛ ਬਣਾ ਕੇ ਦੇਣਾ ਅੱਗੇ ਵੀ ਇਹਨਾਂ ਨੇ ਇਹੀ ਕਰਿਆ ਸੀ ਝੋਨਿਆਂ ਤੋਂ ਜਿਹੜੇ ਨਰਮੇ ਬਣਾਏ ਸੀ ਹੁਣ ਵੀ ਜ਼ੋਰ ਲੱਗਿਆ ਪੀੜਤ ਪਰਿਵਾਰ ਸਾਨੂੰ ਖਾਸ ਆ ਵੀ ਐਤਕੀ ਵੀ ਰਹਿਣਗੇ ਜਿਵੇਂ 2015 'ਚ ਜਦੋਂ ਬਾਦਲ ਦੀ ਸਰਕਾਰ ਸੀ ਉਦੋਂ ਵੀ ਰਹਿ ਗਏ ਸੀ ਉਹ ਨਰਮੇ ਤੋਂ ਮੁਆਵਜ਼ੇ ਤੋਂ ਵਾਂਝੇ ਪਰ ਐਤਕੀ ਵੀ ਉਹਦੀ ਲਿਸਟ ਨਹੀਂ ਜਾਰੀ ਕਰੀ ਹਜੇ ਤਾਈਂ ਕਿਸੇ ਵੀ ਪਟਵਾਰੀਆਂ ਨੇ ਇੱਧਰ ਚੋਣਾਂ 'ਚ ਡਿਊਟੀਆਂ ਲੱਗੀਆਂ ਕਰਕੇ ਜਾਣੀ ਲਗਾਤਾਰ ਸਾਡਾ ਉਹ ਗੱਲ ਨਹੀਂ ਸੁਣ ਰਹੇ ਅਸੀਂ ਪਿਛਲੇ ਦਿਨਾਂ 'ਚ ਆਪਦੇ ਪਿੰਡ ਦੀ ਮੈਂ ਉਦਾਹਰਨ ਦੇਵਾਂ ਦਿਉਣ ਪਿੰਡ ਆ ਮੇਰਾ ਅਸੀਂ ਤਹਿਸੀਲਦਾਰ ਸਾਹਿਬ ਨੇ ਬਕਾਇਦਾ ਡਿਊਟੀ ਲਾਤੀ ਸੀ ਪਟਵਾਰੀ ਦੀ ਪਰ 10 ਦਿਨ ਹੋ ਗਏ ਕੰਮ ਚੱਲਦੇ ਨੂੰ ਉੱਥੇ 4 ਦਿਨ ਗਏ ਆ ਦੂਜੇ ਦਿਨ ਇੱਥੇ ਦਫ਼ਤਰੀ ਕਾਰੋਬਾਰ ਕਰੇ ਆਪਦੇ ਇੱਥੇ ਵੱਧ ਬਹਿੰਦੇ ਆ ਉਹ ਸਾਡਾ ਇਹ ਯਤਨਾ ਵੀ ਇਹ ਧਿਆਨ ਦੇਣ ਜਿੰਨੇ ਵੀ ਪਟਵਾਰੀ ਆ ਤਾਂ ਤੋਂ ਤਹਿਸੀਲਦਾਰ ਸਾਹਿਬ ਡਿਊਟੀ ਲਾਉਣ ਪਰ ਇਹਨਾਂ ਦਾ ਜ਼ੋਰ ਇਹ ਲੱਗਿਆ ਵੀ ਇਹਨਾਂ ਨੂੰ ਜਿੰਨੇ ਥਾਈਂ ਅਸੀਂ ਵੰਡ ਦਈਏ ਸਰਕਾਰ ਇਹ ਚਾਹੁੰਦੀ ਆ ਉਹ ਗੱਲ ਨਹੀਂ ਸਾਡੀ ਵਾਰ ਵਾਰ ਅਸੀਂ ਯਾਦ ਕਰਾ ਰਹੇ ਹਾਂ ਇਹਨਾਂ ਦੇ ਵੀ ਪੀੜਤ ਪਰਿਵਾਰਾਂ ਦਾ ਜਿਹੜਾ ਮੁਆਵਜ਼ੇ ਦਾ ਹੱਕ ਬਣਦਾ ਉਹਨੂੰ ਦਿਓ ਪਰ ਉਸ ਗੱਲ ਤੋਂ ਕਿਤੇ ਨਾ ਕਿਤੇ ਭੱਜ ਰਹੀ ਆ ਚੰਗੀ ਤਰ੍ਹਾਂ ਜਾਣੀ ਉਸ ਦੇਖ ਰੇਖ ਹੇਠਾਂ ਜਿਹੜਾ ਕੰਮ ਹੋਣਾ ਚਾਹੀਦਾ ਸੀ ਉਹ ਹਜੇ ਤਾਈਂ ਅਧੂਰਾ ਪਿਆ ਇਹਨਾਂ ਦਾ ਤੁਸੀਂ ਪਿਛਲੇ ਦਿਨ ਵੀ ਡੀਸੀ ਦਫ਼ਤਰ ਵਿੱਚ ਧਰਨਾ ਦਿੱਤਾ ਸੀ ਡੀਸੀ ਦਫ਼ਤਰ ਘੇਰਿਆ ਸੀ ਉਹਦੇ ਵੀ ਮੀਟਿੰਗ ਹੋਈ ਸੀ ਉਹਦੇ ਕੀ ਗੱਲਬਾਤ ਹੋਈ ਸੀਗੀ ਵੇਖੋ ਤੇ ਇਹੀ ਭਰੋਸਾ ਦਿੱਤਾ ਸੀ ਇਹਨਾਂ ਨੇ ਵੀ SSP ਵੀ ਮਿਲ ਬਦਲੀ ਹੋ ਗਈ ਉਹਦੀ ਉੱਚ ਅਧਿਕਾਰੀ ਇਹਨਾਂ ਦੇ ਬਦਲੇ ਗਏ ਹੁਣ ਚੋਣਾਂ ਕਰਕੇ ਜਦੋਂ ਨਵੇਂ ਆਉਣਗੇ ਉਦੋਂ ਤੁਹਾਨੂੰ ਦੁਬਾਰੇ ਅਸੀਂ ਉਸ ਵਿਸ਼ੇ 'ਤੇ ਸੀ ਸਾਡਾ ਧਰਨਾ ਵੀ ਸਾਨੂੰ ਲਿਸਟਾਂ ਦਿਓ ਜਿਹੜੇ ਤੁਸੀਂ ਕਹਿੰਦੇ ਸੀ ਵੀ ਜਿਨ੍ਹਾਂ 'ਤੇ ਕੇਸ ਬਣੇ ਆ ਜਾਂ ਪਰਾਲੀ ਵਾਲੇ ਕੇਸ ਬਣੇ ਸੀ ਸਾਡੇ ਲੋਕਾਂ 'ਤੇ ਉਹ ਅਸੀਂ ਵਾਪਸ ਲੈਂਦੇ ਹਾਂ ਉਹਨਾਂ ਦੀ ਲਿਸਟ ਜਾਰੀ ਕਰਾਉਣੀ ਸੀ ਇਹਨਾਂ ਤੋਂ ਉਹ ਵੀ ਹਜੇ ਅਧੂਰੀਆਂ ਗੱਲਾਂ ਨਰਮੇ ਦਾ ਮੁਆਵਜ਼ਾ ਅਧੂਰਾ ਜਾਣੀ ਹਰ ਇੱਕ ਮੰਗ ਸਾਡੀ ਹਜੇ ਤਾਈਂ ਜੇ ਐਂ ਕਹਿਣਾ ਹੋਵੇ ਵੀ ਕਲੀਅਰ ਕੋਈ ਵੀ ਨਹੀਂ ਹੋਈ ਉਹ ਜਾਣੀ ਅਧੂਰੀਆਂ ਹੀ ਪਈਆਂ ਹਜੇ ਤਾਈਂ ਤਾਂ ਸਾਨੂੰ ਅੱਜ ਠੰਡ ਦੇ ਟਾਈਮ 'ਚ ਫੇਰ ਦੁਬਾਰੇ ਬੈਠਣਾ ਪਿਆ ਵੀ ਸਾਡੀ ਗੱਲ ਸੁਣੋ ਧਿਆਨ ਨਾਲ ਜਿਹੜੇ ਕਾਸ਼ਤਕਾਰ ਪੀੜਤ ਪਰਿਵਾਰ ਆ ਉਹਨਾਂ ਨੂੰ ਮੁਆਵਜ਼ਾ ਦਿਵਾਉਣ ਵਾਸਤੇ ਸਾਡੀ ਜਦੋਜਹਿਦ ਜਾਰੀ ਰਹੂਗੀ ਜਿੰਨਾ ਚਿਰ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਹੋ ਸਕਦਾ ਇੱਥੇ ਜ਼ਿਲ੍ਹੇ ਨਾਲ ਵਿਉਂਤਵਾੜੀ ਕਰਕੇ ਇਹ ਧਰਨੇ ਦਾ ਕੀ ਕਿੱਧਰ ਨੂੰ ਰੂਪਰੇਖਾ ਦੇਣੀ ਆ ਉਹ ਆਉਣ ਵਾਲਾ ਸਮਾਂ ਦੱਸੂਗਾ ਜੀ ਜਗਸੀਰ ਸਿੰਘ ਜੀ ਅੱਜ ਤੁਸੀਂ ਫਿਰ ਧਰਨਾ ਦਿੱਤਾ ਗਾ ਮੁਆਵਜ਼ੇ ਨੂੰ ਲੈ ਕੇ
गरीब किसान होंगे है दो दो किले वाले तीन तीन किले वाले है जिन्होंने पहला नरमे से आपका जो खर्चा सीगा कर लिया हूँ कणक से कितों खर्चा करेंगे हजे मुआवजा सरकार दे नहीं रहेगी जी जी चन्नी सरकार कहती सी नरमे का मुआवजा असी पाता भरावो धेला नहीं पाया पाया हजे तो दूजा जोड़ा झोने वाले तो पटवारियों ने नरमे लिख के नरमा लिख लिया उन्होंने जोड़े लोड़वंद किसान भी रेंदे आ तो मुआवजा भी लगातार असी प्रशासन निके उदो 15-16 दिन डीसी एडीसी गल चलती रही आते ही मुआवजा पा देंगे फिर भी दो तीन बारी घीरा घराई करी आ नहीं सुनी गल अज फिर मजबूर नक के निकिया असी प्रशासन ना गलबात करना है जे ना सुनोंगे फिर कोई ना कोई एक्शन करा गए हूँ जिमें कह रहे थे भी जोड़ा यह मुआवजा है ये काश्तकार को दिता जाए पर सुनेगा क्या कि यह मालकान भी दे रहे यह जी सांझे खाते पे असं पहले प्रशासन एडीसी साहब इंचार्ज लाया से इतों के चन्नी साहब ने उस इन्होंने हड़ी गल नहीं सुनी तो जोड़ा काश्तकार ख पैना चाहिए सी जोड़े सांझे खाते पे किसानों के खा सांझे खाते किसी कुड़ी के ना किसी के भूआ के ना किसी चाचे का ना जो खाते जावड़ दे रुपये वो मोड़ते नहीं गाला कड़ते फिर ता करके हे घर कलेश पैंता इस चीज़ का हूँ जो मुआवजा हूँ टाइम सिर नाम दिता गया तो काश्तकार ना दिता गया तो अगला प्रदर्शन किस तरह अज जी एक पासा कट्टा कट्टी कढ़ के जावे प्रशासन ना ज्यादा सिर पड़ा के जावे तो जहाँ मुआवजा लेके जावे एक पासा कर आए हैं पूरी तैयारी ना आए हैं ये जरा मोर्चा है पक्का ला दिता जाए जी पक्का भी लावे अज ना कोई एक्शन करा के वड्डा करते हैं ये सन किसान आगू जिन्हों का कहना कि जे मुआवजा ना दिता गया तो हो सकता है साढ़े वालों इतने पक्का ही मोर्चा ला दिता जाए बठिंडा तो अजीत टीवी लई नायब सिंह सिद्धू की रिपोर्ट देश दुनिया दी ताज़ा खबरों के लिए हुणे प्ले स्टोर तो डाउनलोड करो पंजाब की आवाज़ अजीत न्यूज़ ऐप हुण तुहाडा अपना अजीत हर सोशल मीडिया प्लेटफॉर्म के उत्ते उपलब्ध है फेसबुक के उत्ते हुणे लाइक ते फॉलो करो अजीत का ऑफिशियल पेज डेली अजीत ते हाँ नाल ही दोस्तों नू पेज लाइक करन दे लई इनवाइट करना ना भुलना इन्ना ही नहीं हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी तुहाडा अपना अजीत हुण ट्विटर ते इंस्टाग्राम दे उत्ते भी उपलब्ध है ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत इना ही नहीं अजीत दे वीडियो हुण तुसी एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप तुहाडा अपना भरोसेयोग चैनल तुहाडी अपनी आवाज़ पंजाब दी आवाज़ अजीत।